ਅੱਜ ਦੇ ਮੁੱਖ ਮਹਿਮਾਨ ਸਤਿਕਾਰਯੋਗ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਜੀ। ਉਹ ਫਿਰ ਇੱਕ ਵਾਰ ਸਾਰੇ ਭਾਰਤ ਵਰਸ਼ ਦੀ ਜਨਤਾ ਨੂੰ, ਸਰਦਾਰ ਭਜਨ ਸਿੰਘ ਜੀ ਡੀਓ ਸਾਹਿਬ ਵੱਲੋਂ, ਉਹਨਾਂ ਦੇ ਮਾਤਾ ਜੀ ਵੱਲੋਂ, ਉਹਨਾਂ ਦੀ ਸਮੂਹ ਟੀਮ ਵੱਲੋਂ, ਉਹਨਾਂ ਦੇ ਭਰਾਤਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਆਪ ਦਾ ਧੰਨਵਾਦ ਕਰਦਾ। ਅਤੇ ਬੇਨਤੀ ਇਹ ਜਿਹੜਾ ਕਰਾਂਗਾ ਕਿ ਤੁਸੀਂ ਹੁਣ ਜਾਇਓ, ਉਹਨਾਂ ਤੋਂ ਬਾਈਟ ਦੇ ਦਿੱਤੀ ਅਤੇ ਇਸੇ ਤਰੀਕੇ ਦੇ ਸਾਰੇ ਮਾਤਾ ਜੀ ਵੱਲੋਂ ਹੋ ਗਏ। ਅੱਜ ਡਾਇਮੰਡ ਜੁਬਲੀ ਜਿਹੜੀ ਆਪਾਂ ਮਨਾ ਰਹੇ ਹਾਂ, 75 ਸਾਲ ਪੂਰੇ ਕਰ ਲਏ ਨੇ ਆਜ਼ਾਦੀ ਦੇ। ਅੱਜ ਬੜੇ ਸਮੇਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਉਹ ਪਹਿਲੀ ਆਜ਼ਾਦੀ ਦਾ ਅਸੀਂ ਜਦੋਂ ਮਨਾਉਣ ਜਾ ਰਹੇ ਹਾਂ, ਅਤੇ ਸਾਨੂੰ ਇਹਦਾ ਬੜਾ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ 75 ਜਿਹੜੇ ਬੜੇ ਗਰਮੀ ਮਨਾ ਰਹੇ ਹਾਂ। ਸੋ ਮੌਸਮ ਥੋੜ੍ਹਾ ਜਿਹਾ ਖਰਾਬ ਜ਼ਰੂਰ ਹੋ ਗਿਆ ਵਾ, ਪਰ ਫਿਰ ਵੀ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖ ਰਹੇ ਜੋ ਤੁਸੀਂ, ਅਸੀਂ ਇੱਕ ਇੱਕ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਮੰਤਰੀ ਸਾਹਿਬ ਦਾ ਸਭ ਤੋਂ ਵੱਡਾ ਮੰਤਵ ਸੀ ਸਾਡਾ ਰਲ ਕੇ ਮਨਾਉਣਾ। ਸੋ ਇੱਥੇ ਅਸੀਂ ਇੱਥੇ ਕੋਈ ਅਸੀਂ ਇਹ ਨਹੀਂ ਦੇਖਿਆ ਕਿ ਭਗਵਾਨ ਜੀ ਸਾਡੇ ਕੌਣ ਨੇ, ਕਾਂਗਰਸ ਨੇ